ਮਹਾਂਪੁਰਸ਼ਾਂ ਦਾ ਜੋ ਗੁਰਸਿੱਖ ਦਾ ਕਰਮ ਹੈ, ਜੈਸੇ ਗੁਰੂ ਸਾਹਿਬ ਨੇ ਲਿਖਿਆ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸਿੱਖ ਤਾਂ ਆਪਾਂ ਸਾਰੇ ਹੀ ਆ, ਨੌਨੇ ਅੱਠ ਵਜੇ। ਹੁਣ ਗੁਰੂ ਸਾਹਿਬ ਜੀ ਕਹਿੰਦਾ ਅੰਮ੍ਰਿਤ ਵੇਲੇ ਨਹਾਓ। ਜੇ ਤਾਂ ਗੁਰੂ ਦਾ ਹੁਕਮ ਮੰਨਾਂਗੇ ਤਾਂ ਜਿਹੜੀ ਅੱਗੇ ਸ਼ਕਤੀ ਹੈ ਉਹ ਆਪਣੇ ਅੰਦਰ ਪੈਦਾ ਹੋ ਜਾਵੇਗੀ, ਅਗਰ ਨਹੀਂ ਤਾਂ ਫਿਰ ਗੱਲਾਂ ਹੀ ਨੇ ਬਸ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਪਲਕੇ ਉੱਠਰ ਨਾਮ ਤੇ ਆਵੇ, ਉਦੋਂ ਕਰੇ ਪਲਕੇ ਪ੍ਰਵਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਆਹ ਗੁਰੂਆਂ ਤੇ ਵੀ ਇਹ ਗੱਲ ਘਟੀ ਹੈ, ਉਹਨਾਂ ਨੇ ਆਪ ਕਰਕੇ ਪ੍ਰਗਟੀ ਕਲੀ, ਫੇਰ ਸਿੱਖਾਂ ਨੂੰ ਲਾਇਆ। ਜੇ ਹੁਣ ਸੰਤ ਮਹਾਰਾਜ ਜੀ ਸਾਨੂੰ ਕਹਿ ਦੇਣ ਤੁਸੀਂ ਨਹਿਰ ਤੇ ਬੈਠੋ ਤੇ ਅਸੀਂ ਤਾਂ ਮੰਜੇ ਤੇ ਪਵਾਂਗੇ, ਕੀ ਅਸਰ ਹੋ ਜਾਵੇਗਾ? ਅਸਰ ਹੋ ਜਾਵੇਗਾ ਦੂਜਿਆਂ ਤੇ? ਨਹੀਂ, ਆਪ ਮੂਹਰੇ ਤੁਰਦੇ ਤੀ ਛੋਟੇ ਔਰ ਬੜੇ, ਇਵੇਂ ਜਿਵੇਂ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਆਪ ਮੂਹਰੇ ਤੁਰਦੇ ਸੋਟਾ ਲੈ ਕੇ, ਪਿੱਛੇ ਰਲਦੜੀ, ਫਿਰ ਹੋਰ ਸਾਰੇ ਜਿਹੜੇ ਪ੍ਰੇਮੀ ਭਜਨ ਕਰਨ ਵਾਲੇ ਉਹ ਜਾਂਦੇ ਸੀ ਨਾਲ। ਇਸ਼ਨਾਨ ਖਰੇ ਜਾਮ ਜਾਮਨੀ ਜਾਗੇ ਕਿਰਪਾਲ, ਅੰਮ੍ਰਿਤ ਵੇਲੇ 2 ਵਜੇ ਇਸ਼ਨਾਨ ਕਰਕੇ ਦੇਖ ਲਓ ਅਮਰਦਾਸ ਮਹਾਰਾਜ ਜੀ ਦਾ 84 ਸਾਲ ਦੀ ਉਮਰ ਦੇ ਵਿੱਚ ਗੱਦੀ ਦੇ ਜਾਨਸ਼ੀਨ ਬਣੇ ਸੀ। ਬੀਬੀ ਭਾਨੀ ਰੋਜ਼ 2 ਵਜੇ ਇਸ਼ਨਾਨ ਕਰਾਉਂਦੀ ਸੀ, ਉਹਨਾਂ ਨੂੰ ਇਸ਼ਨਾਨ ਕਰਨ ਦੀ ਕੀ ਲੋੜ ਸੀ? ਪਰ ਨਹੀਂ, ਅੱਗੇ ਜਿਹੜੀ ਚਾਲੀ ਚਲਾਉਣੀ ਹੈ, ਜਿਹੜਾ ਗੁਰਮਤਵਾ ਜਿਹੜੇ ਸਿੱਖ ਨੇ ਅੱਗੇ ਉਹਨਾਂ ਦੇ ਵਿੱਚ ਪ੍ਰਚਲਿਤ ਕਰਨੀ ਹੈ ਜਿਹੜੀ ਚੀਜ਼, ਜੇ ਆਪ ਕਰੇਗਾ ਤਦੇ ਹੀ ਹੋਵੇਗੀ ਨਾ। ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਜਿਹੜਾ ਨਗੁਰਾ ਉਹਨੂੰ ਤਾਂ ਉਪਦੇਸ਼ ਹੀ ਨਹੀਂ ਮਿਲਦਾ ਪਹਿਲਾਂ, ਚਾਹੇ ਉਹ 7 ਜਨਮ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਕੁਛ ਨਹੀਂ ਮਿਲੇਗਾ ਉਸਨੂੰ। ਬਸ ਇਹ ਤਾਂ ਅਸੂਲ ਹੈ, ਪਰਮੇਸ਼ਰ ਦੀ ਮਰਦਾ ਦਾ ਇਹ ਵਿਧਾਨ ਹੈ। ਕੋਈ ਦੱਸਿਆ ਵੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵਾ ਉਪਦੇਸ਼ ਗੁਰੂ, ਗੁਰੂ ਸਿੱਖ ਨੂੰ ਉਪਦੇਸ਼ ਕਰਦਾ ਵੀ ਤੂੰ ਵਾਹਿਗੁਰੂ ਮੰਤਰ ਦਾ ਅਭਿਆਸ ਕਰਿਆ ਕਰ, ਹਰ ਹਰ ਜਪ ਜਪ। ਜਿਹੜਾ ਅਭਿਆਸ ਕਰਦਾ ਨਾ ਸਿੱਖ ਬਣ ਕੇ, ਉਹ ਫਿਰ ਨਾਮ ਦੇ ਵਿੱਚ ਤਾਕਤ ਆ, ਜਿਵੇਂ ਸਾਬਣ ਦੇ ਵਿੱਚ ਤਾਕਤ ਆ, ਪਰ ਰੰਗ ਦੇ ਵਿੱਚ ਵੀ ਤਾਕਤ ਆ। ਉਸਨੇ ਮੈਲੇ ਲੀੜੇ ਨੂੰ ਨਹੀਂ ਚੜ੍ਹਨਾ ਹੈ, ਸਾਫ ਕਰਨਾ ਪਊਗਾ ਪਹਿਲਾਂ। ਹੁਣ ਜਿਹੜੇ ਆਪਣੇ ਅੰਤਾਸ਼ ਕਰਨ ਦੇ ਵਿੱਚ 3 ਦੋਸ਼ ਨੇ, ਕਿਲ ਵਿਖ ਦੋਖ ਪਾਪ, ਆਪੇ ਲੈ ਜਾਣਗੇ? ਕੋਈ ਆਪਣੇ ਆਪ ਲਾ ਲਏਗਾ? ਲੀੜਾ ਮੈਲ ਕੱਢ ਦੇਵੇਗਾ ਆਪਣੇ ਆਪ? ਨਹੀਂ, ਕੋਈ ਜੁਗਤੀ ਹੈ, ਕੋਈ ਅਸੂਲ ਹੈ, ਤਦ ਜਾ ਕੇ ਕਾਰਜ ਰਾਸ ਹੋਵੇਗਾ। ਜਦ ਨਾਮ ਦਾ ਅਭਿਆਸ ਕਰੇਗਾ ਨਾ, ਮਲ ਵਿਕਸ਼ੇਪ ਔਰ ਵਰਨ ਇਸ ਦੇ ਮਨ ਦੇ ਵਿੱਚ ਨੇ, ਅੰਤਸ਼ਕਰਨ ਕਹਿੰਦੇ ਨੇ ਜੀ। ਕਿਲ ਵਿਖ ਦੋਖ ਪਾਪ ਲੈ ਜਾਵੇ, ਉਹ ਜਿਹੜੇ ਪਿਛਲੇ ਪਾਪ ਕਰੇ ਹੋਏ ਨੇ। ਗੁਰੂ ਸਾਹਿਬ ਦਾ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ, ਆ ਮਿੱਟੀ ਤਾਂ ਨਹੀਂ ਲੱਗੀ ਉੱਥੇ? ਨਹੀਂ, ਮਨ ਦੀ ਮੈਲ ਵੀ ਹੋਰ ਹੈ, ਮਨ ਦੀ ਮੈਲ ਲਾਹੁਣ ਵਾਲਾ ਸਾਬਣ ਵੀ ਹੋਰ ਹੈ। ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ, ਕਾਲਾ ਹੋਆ ਸ਼ਾਹ, ਕੰਨਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ। ਆਹ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਮਨ ਆ ਆਪਣਾ, ਇਹਨੂੰ ਫੁਰਨਿਆਂ ਦੀ ਮੈਲ ਲੱਗੀ ਹੋਈ ਹੈ, ਫੁਰਨਿਆਂ ਦੀ। ਜਿੰਨਾ ਚਿਰ ਇਹ ਨਾਮ ਦਾ ਅਭਿਆਸ ਨਹੀਂ ਕਰਦਾ,
ਜਿਵੇਂ ਗੁਰਬਾਣੀ ਦਾ ਕੋਈ ਅਭਿਆਸ ਨਹੀਂ ਕਰਦਾ ਤਾਂ ਉਹ ਕਥਾ ਨਹੀਂ ਕਰ ਸਕਦਾ। ਬਸ ਉਹ ਵੀ ਕਿਸੇ ਗਿਆਨੀ ਕੋ ਹੋਵੇਗਾ ਜਾ ਕੇ। ਜਿਹੜਾ ਨਾਮ ਦਾ ਅਭਿਆਸ ਹੈ ਨਾ, ਇਹ ਵੀ ਨਾਮ ਅਭਿਆਸੀਆਂ ਕੋਲੋਂ ਹੀ ਪ੍ਰਾਪਤ ਹੋਵੇਗਾ। ਗੁਰੂ ਸਾਹਿਬ ਨੇ ਲਿਖਿਆ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਦੁਕਾਨਾਂ ਤਾਂ ਤੈਨੇ ਕਿਹਾ ਵੀ ਫਲਾਨੀ ਦੁਕਾਨ ਤੋਂ ਤੂੰ ਮੁੱਲ ਲਏ ਹੀ ਨਹੀਂ, ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਗੁਰਸਿੱਖ, ਉਹਨਾਂ ਕੋਲੋਂ ਵਸਤੂ ਪ੍ਰਾਪਤ ਹੋਵੇਗੀ। ਉਹ ਫਿਰ ਮਨ ਨੂੰ ਸਾਫ ਕਰੇਗਾ। ਬੜੋ ਪ੍ਰੇਮ ਦੇ ਨਾਲ ਆਹ